ਕਰਨ ਔਜਲਾ ਛੋਟਾ ਜਿਹਾ ਹੁੰਦਾ ਸੀ, ਇਹਦੇ ਮੰਮੀ ਦੀ ਡੈਥ ਹੋ ਗਈ ਸੀ ਅਤੇ ਮਹੀਂ ਪਾਲਿਆ ਛੋਟਾ ਜਿਹਾ, ਉਹ ਸ਼ਰਾਰਤੀ ਸੀ ਛੋਟਾ ਜਿਹਾ, ਜਾਣੀ ਅਸੀਂ ਉਹ ਮਹੀਂ ਉਹਨੂੰ ਪਾਲਿਆ ਅਤੇ ਮੇਰੇ ਨਾਲ ਬਹੁਤ ਹੈਗਾ ਪ੍ਰੇਮ, ਹੁਣ ਵੀ ਆ ਜਿਵੇਂ ਪਹਿਲਾਂ ਸੀ, ਐਂ ਨਹੀਂ ਹੈਗਾ ਵੀ ਉਹ ਬੜਾ ਬਹੁਤ ਵੱਡਾ ਗਾਇਕ ਬਣ ਗਿਆ, ਮੈਂ ਚਾਚੇ ਸਾਥ ਨਹੀਂ, ਮੇਰਾ ਸਾਥ ਨਹੀਂ ਛੱਡਿਆ ਹੁਣ ਤੱਕ ਕਿਸੇ। ਥੋੜ੍ਹਾ ਜਿਹਾ ਭਾਵੁਕ ਵੀ ਲੱਗ ਰਿਹਾ ਤੁਸੀਂ? ਨਹੀਂ ਨਹੀਂ ਭਾਵੁਕ ਤਾਂ ਹੁੰਦਾ ਹੀ ਹੈ, ਵੀ ਜਦੋਂ ਤੁਹਾਡਾ ਐਡਾ ਬੱਚਾ ਸਾਡੀ ਮਾਣ ਕਰ ਰਿਹਾ ਸਾਡਾ, ਅਤੇ ਸਾਨੂੰ ਵੀ ਤਾਂ ਮਹਿਸੂਸ ਹੋ ਰਿਹਾ। ਉਹਨੇ ਪਿੰਡ ਵਾਸਤੇ ਨਾ ਜਿਵੇਂ ਸਕੂਲ ਨੂੰ ਉਹ ਦਿੱਤੀ ਹੈ, ਜਿਵੇਂ ਫੈਡਰਲ ਵਾਇਆ ਸਕੂਲ ਦੇ ਵਿੱਚ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਨੇ ਉਹ ਕਰਦਾ, ਅਤੇ ਕਿਸੇ ਦਾ ਮਕਾਨ ਹੈ ਪਿੰਡ ਜੋ ਪਵਾਉਂਦਾ, ਜਾਣੀ ਬਹੁਤ ਜ਼ਿਆਦਾ ਪਿੰਡ ਵਾਸੀਆਂ ਦਾ ਉਹ ਕਰ ਰਿਹਾ ਇਸ ਟਾਈਮ, ਬਹੁਤ ਹੀ ਵਧੀਆ ਬੇਟਾ ਆਪਣਾ। ਪੰਜਾਬ ਤੱਕ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ, ਮੈਂ ਹਾਂ ਗੁਰਦੀਪ ਸਿੰਘ ਅਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਘੁਰਾਲਾ। ਜਿਵੇਂ ਆਪਾਂ ਸਭ ਨੂੰ ਪਤਾ ਹੈ ਕਿ ਪੰਜਾਬ ਤੋਂ ਕਈ ਕਲਾਕਾਰ ਹੋਏ ਨੇ ਅਤੇ ਉਹਨਾਂ ਨੇ ਪੰਜਾਬ ਦਾ ਹੀ ਨਹੀਂ ਸਗੋਂ ਕਿ ਪੂਰੇ ਦੇਸ਼ ਦਾ ਨਾਮ ਵਿਦੇਸ਼ਾਂ ਦੇ ਵਿੱਚ ਵੀ ਰੋਸ਼ਨ ਕੀਤਾ। ਇਹਨਾਂ ਕਲਾਕਾਰਾਂ ਦੇ ਵਿੱਚੋਂ ਇੱਕ ਕਲਾਕਾਰ ਹੈ ਕਰਨ ਔਜਲਾ, ਜਿਸ ਦੇ ਕਿ ਪਿੰਡ ਅਸੀਂ ਪਹੁੰਚੇ ਹਾਂ। ਉਹਨਾਂ ਦਾ ਪਿੰਡ ਹੈ ਖੰਨਾ ਤੋਂ 15 ਕਿਲੋਮੀਟਰ ਦੂਰ ਪਿੰਡ ਘੁਰਾਲਾ, ਅਤੇ ਮੇਰੇ ਪਿੱਛੇ ਜਿਹੜਾ ਘਰ ਤੁਸੀਂ ਦੇਖ ਰਹੇ ਹੋ ਹੈ ਕਰਨ ਔਜਲਾ ਦਾ ਘਰ ਹੈ। ਇਹ ਉਹੀ ਘਰ ਹੈ ਜਿਹੜਾ ਕਿ ਕਰਨ ਔਜਲੇ ਦਾ ਜੱਦੀ ਘਰ ਹੈ, ਉਹਨਾਂ ਨੇ ਇਸ ਨੂੰ ਨਵਾਂ ਜ਼ਰੂਰ ਬਣਵਾਇਆ ਪਰ ਵਿੱਚ ਕੁਛ ਆਪਣੀਆਂ ਯਾਦਾਂ ਜ਼ਰੂਰ ਰੱਖੀਆਂ ਨੇ। ਹਾਂ, ਸਿਕਿਉਰਿਟੀ ਪਰਪਸ ਦੇ ਨਾਲ ਅਸੀਂ ਤੁਹਾਨੂੰ ਅੰਦਰ ਤਾਂ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਕੁਛ ਸਿਕਿਉਰਿਟੀ ਕਾਰਨਾਂ ਘਰ ਅੰਦਰ ਜਾਣਾ ਮਨਾ ਕੀਤਾ ਹੋਇਆ, ਪਰ ਸਾਡੇ ਨਾਲ ਕਰਨ ਔਜਲਾ ਦੇ ਚਾਚਾ ਜੀ ਮੌਜੂਦ ਨੇ ਅਤੇ ਉਹਨਾਂ ਨਾਲ ਥੋੜ੍ਹੀ ਬਹੁਤ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਂਦੇ ਹਾਂ। ਕਿਆ ਨਾਮ ਹੈ ਜੀ ਤੁਹਾਡਾ? ਬਲਵੀਰ ਸਿੰਘ। ਅਤੇ ਕਰਨ ਔਜਲਾ ਤੁਹਾਡੇ ਕੀ ਲੱਗਦੇ ਨੇ? ਮੇਰੇ ਭਤੀਜਾ ਨੇ ਜੀ ਉਹ, ਅਤੇ ਕਰਨ ਔਜਲਾ ਛੋਟਾ ਜਿਹਾ ਹੁੰਦਾ ਸੀ, ਇਹਦੇ ਮੰਮੀ ਦੀ ਡੈਥ ਹੋ ਗਈ ਸੀ ਅਤੇ ਮੈਂ ਪਾਲਿਆ ਛੋਟਾ ਜਿਹਾ ਉਹ। ਬਚਪਨ 'ਚ ਕਿੱਦਾਂ ਦਾ ਸੀ ਕਰਨ ਔਜਲਾ ਦਾ ਸੁਭਾਅ? ਬਹੁਤ ਵਧੀਆ ਸੁਭਾਅ ਸੀ, ਸ਼ਰਾਰਤੀ ਸੀ ਛੋਟਾ ਜਿਹਾ, ਜਾਣੀ ਅਸੀਂ ਉਹ ਮਹੀਂ ਉਹਨੂੰ ਪਾਲਿਆ ਅਤੇ ਮੇਰੇ ਨਾਲ ਬਹੁਤ ਹੈਗਾ ਪ੍ਰੇਮ, ਹੁਣ ਵੀ ਆ ਜਿਵੇਂ ਪਹਿਲਾਂ ਸੀ, ਐਂ ਨਹੀਂ ਹੈਗਾ ਵੀ ਉਹ ਬੜਾ ਬਹੁਤ ਵੱਡਾ ਗਾਇਕ ਬਣ ਗਿਆ, ਮੈਂ ਚਾਚੇ ਸਾਥ ਨਹੀਂ, ਮੇਰਾ ਸਾਥ ਨਹੀਂ ਛੱਡਿਆ ਹੁਣ ਤੱਕ, ਹੁਣ ਵੀ ਮੈਂ ਲਵ ਨਹੀਂ ਕਰਦਾ ਜਿਵੇਂ ਉਹ ਪਹਿਲਾਂ ਸੀ। ਤੁਸੀਂ ਬਚਪਨ ਤੋਂ ਉਹਨਾਂ ਨੂੰ ਪਾਲਿਆ ਪੋਸਿਆ, ਜਿੱਦਾਂ ਉਹਨਾਂ ਦੇ ਮਦਰ ਫਾਦਰ ਦੀ ਡੈਥ ਹੋਣ ਤੋਂ ਬਾਅਦ ਤੁਸੀਂ ਦੇਖਿਆ, ਤੇ ਉਹਨਾਂ ਦੇ ਫੈਮਿਲੀ ਦੇ ਵਿੱਚ ਜਿਵੇਂ ਸਿਸਟਰਸ ਕਿੰਨੀਆਂ ਨੇ? ਉਹਨਾਂ ਦੇ ਦੋਸਤ ਸਿਸਟਰਾਂ ਨੇ, ਉਹ ਵੀ ਵਿਆਹ ਤੋਂ ਬਾਅਦ ਇਹਦੇ ਕਰਨ ਤੋਂ ਬਾਅਦ ਉਹਨਾਂ ਦਾ ਵਿਆਹ ਹੋਇਆ, ਉਹ ਵੀ ਅਸੀਂ ਕਰਿਆ, ਅਤੇ ਬਹੁਤ ਮੁੰਡਾ ਇਹ ਲਾਇਕ ਆਪਣਾ ਜੀ, ਬਹੁਤ ਇੰਨਾ ਸਾਡਾ ਵੀ ਨਾਂ ਰੋਸ਼ਨ ਕੀਤਾ, ਅਸੀਂ ਸਾਨੂੰ ਬਹੁਤ ਮਾਣ ਹੈ ਇਸ ਗੱਲ 'ਤੇ ਵੀ ਸਾਡੇ ਮੁੰਡੇ ਸਾਡਾ ਸਾਰੇ ਦੁਨੀਆਂ 'ਚ ਰੋਸ਼ਨ ਨਾਂ ਕੀਤਾ, ਮੇਰਾ ਵੀ ਨਾਂ ਰੋਸ਼ਨ ਕੀਤਾ ਉਹਨੇ। ਜਿਵੇਂ ਪਿੰਡ 'ਚ ਕਦੋਂ ਆਉਂਦੇ ਨੇ? ਪਿੰਡ 'ਚ 2 ਸਾਲ ਪਹਿਲਾਂ ਆਏ ਸੀ, ਅਤੇ ਹੁਣ ਤੁਹਾਨੂੰ ਪਤਾ ਹੀ ਆ ਵੀ ਮਾਹੌਲ ਕਿਵੇਂ ਆ, ਇਸ ਕਰਕੇ ਹੁਣ ਆਉਣਗੇ, ਫਿਰ ਤੁਹਾਡੀ ਇੰਟਰਵਿਊ ਜ਼ਰੂਰ ਅਸੀਂ ਲਵਾਂਗੇ, ਤੁਹਾਨੂੰ ਸਪੈਸ਼ਲ ਬੁਲਾਵਾਂਗੇ ਤੇ ਤੁਹਾਡੀ ਇੰਟਰਵਿਊ ਜ਼ਰੂਰ ਕਰਾਵਾਂਗੇ ਅਸੀਂ, ਕੋਈ ਗੱਲ ਨਹੀਂ। ਜਿੱਦਾਂ ਹੁਣ ਅਸੀਂ ਪਿੰਡ ਵਾਸੀਆਂ ਨੇ ਦੱਸਿਆ ਵੀ ਪਿੰਡ ਦੇ ਵਿੱਚ ਕੁਝ ਜ਼ਰੂਰਤਾਂ ਵੀ ਨੇ, ਇਸ ਬਾਰੇ ਗੱਲਬਾਤ ਹੋਈ ਉਹਨਾਂ ਨਾਲ ਕਦੇ ਜਾਂ ਕਰਦੇ ਹੋ? ਹਾਂਜੀ ਹਾਂ, ਹੁੰਦੀਆਂ ਨੇ। ਉਹਨੇ ਪਿੰਡ ਵਾਸਤੇ ਨਾ ਜਿਵੇਂ ਸਕੂਲ ਨੂੰ ਉਹ ਦਿੱਤੀ ਹੈ, ਜਿਵੇਂ ਫੈਡਰਲ ਵਾਇਆ ਸਕੂਲ ਦੇ ਵਿੱਚ ਗਰੀਬ ਕੁੜੀਆਂ ਦੇ ਵਿਆਹ ਹੁੰਦੇ ਨੇ ਉਹ ਕਰਦਾ, ਅਤੇ ਕਿਸੇ ਦਾ ਮਕਾਨ ਹੈ ਪਿੰਡ ਜੋ ਪਵਾਉਂਦਾ, ਜਾਣੀ ਬਹੁਤ ਜ਼ਿਆਦਾ ਪਿੰਡ ਵਾਸੀਆਂ ਦਾ ਉਹ ਕਰ ਰਿਹਾ ਇਸ ਟਾਈਮ, ਬਹੁਤ ਹੀ ਵਧੀਆ ਬੇਟਾ ਆਪਣਾ, ਇੱਦਾਂ ਵਧੀਆ ਹੋ ਨਹੀਂ ਸਕਦਾ। ਜਿਵੇਂ ਅੱਖਾਂ ਦਾ ਉਹਨੇ ਅੱਖਾਂ ਦਾ ਲਵਾਇਆ ਸੀਗਾ ਖੂਨਦਾਨ ਕੰਮ ਪਹਿਲੇ, ਉਹ ਵੀ ਉਹਨੇ ਲਵਾਇਆ ਸੀ, ਬਹੁਤ ਵਧੀਆ। ਜਿਵੇਂ ਆਪਣੇ ਪਿੰਡ ਦੇ 20 ਮਰੀਜ਼ ਲਾਈਨ ਲੂਈਨ ਪਾ ਕੇ ਠੀਕ ਹੋ ਚੁੱਕੇ ਨੇ, ਬਹੁਤ ਹੀ ਵਧੀਆ ਕਰ ਰਿਹਾ ਇਸ ਟਾਈਮ। ਕਿੰਨਾ ਕਿੰਨਾ ਕੁ ਮਾਣ ਮਹਿਸੂਸ? ਬਹੁਤ ਮਾਣ ਮਹਿਸੂਸ ਸਾਡੇ ਬੱਚੇ 'ਚ,
ਥੋੜਾ ਜਿਹਾ ਭਾਵੁਕ ਵੀ ਲੱਗ ਰਿਹਾ ਤੁਸੀਂ। ਨਹੀਂ ਨਹੀਂ ਭਾਵੁਕ ਤਾਂ ਹੁੰਦਾ ਹੀ ਹੈ ਨਾ, ਜਿਹੜਾ ਸਾਡਾ ਐਡਾ ਬੱਚਾ ਸਾਡੀ ਮਾਣ ਕਰ ਰਿਹਾ ਸਾਡਾ, ਅਤੇ ਸਾਨੂੰ ਵੀ ਤਾਂ ਮਹਿਸੂਸ ਹੋਊਗਾ ਨਾ, ਮਾਣ ਹੁੰਦਾ ਹੀ ਹੈ। ਠੀਕ ਹੈ, ਵੈਰੀ ਗੁੱਡ, ਥੈਂਕ ਯੂ। ਅਤੇ ਅਸੀਂ ਗੱਲਬਾਤ ਕੀਤੀ ਕਰਨ ਔਜਲਾ ਦੇ ਚਾਚਾ ਜੀ ਨਾਲ, ਜਿਹਦੇ ਕਿ ਗੱਲਬਾਤ ਕਰਦੇ ਹੋਏ ਥੋੜ੍ਹੇ ਭਾਵੁਕ ਵੀ ਨਜ਼ਰ ਆਏ, ਅਤੇ ਉਹਨਾਂ ਨੇ ਦੱਸਿਆ ਕਿ ਬਚਪਨ ਤੋਂ ਕਰਨ ਔਜਲਾ ਜਿਹੜੇ ਸੀਗੇ ਕੁਛ ਸ਼ਰਾਰਤੀ ਵੀ ਸੀ, ਅਤੇ ਉਹਨਾਂ ਨੇ ਪਾਲ ਪੋਸ ਕੇ ਬੜਾ ਕੀਤਾ। ਹਾਂ, ਕੁਛ ਸਿਕਿਉਰਿਟੀ ਰੀਜ਼ਨ ਕਰਕੇ ਸਾਨੂੰ ਘਰ ਦੇ ਅੰਦਰ ਤਾਂ ਨਹੀਂ ਲਿਜਾ ਸਕਦੇ, ਪਰ ਜਿਹੜੇ ਮੇਰੇ ਪਿੱਛੇ ਜਿਹੜਾ ਘਰ ਹੈ ਇਹ ਕਰਨ ਔਜਲਾ ਦਾ ਹੀ ਘਰ ਹੈ, ਪਿੰਡ ਕੁਰਾਲਾ ਵਿਖੇ ਜਿਹੜਾ ਉਹਨਾਂ ਨੇ ਇਹ ਘਰ ਜਿਹੜਾ ਹੈ ਰੈਨੋਵੇਟ ਜ਼ਰੂਰ ਕਰਵਾਇਆ, ਪਰ ਪੁਰਾਣੀਆਂ ਆਪਣੀਆਂ ਯਾਦਾਂ ਵੀ ਇਸ ਵਿੱਚ ਰੱਖੀਆਂ ਨੇ। ਜ਼ਰੂਰਤ ਹੈ ਕਿ ਜਿਹੜੀ ਅੱਜ ਕੱਲ੍ਹ ਦੀ ਨਵੀਂ ਪੀੜ੍ਹੀ ਹੈ ਉਹ ਵਿਦੇਸ਼ਾਂ ਜਾ ਕੇ ਆਪਣੇ ਪਿੰਡ ਨੂੰ ਭੁੱਲ ਜਾਂਦੀ ਹੈ, ਆਪਣੇ ਪਿਛੋਕੜ ਨੂੰ ਭੁੱਲ ਜਾਂਦੀ ਹੈ, ਅਤੇ ਇਹੋ ਜਿਹੇ ਕਲਾਕਾਰਾਂ ਤੋਂ ਕੁਛ ਨਾ ਕੁਛ ਸਿੱਖਣ ਦੀ। ਗੁਰਦੀਪ ਸਿੰਘ, ਪੰਜਾਬ ਤੱਕ, ਪਿੰਡ ਘੁਰਾਲਾ।